श्रोमणी गुरुद्वारा प्रबंधक कमेटी द्वारा नगर कीर्तन ते पाकिस्तान दे प्रधानमंत्री इमरान खान नूं न्योता देण दे मामले संबंधी कांग्रेस दे विधायक डॉक्टर राजकुमार वेरका दा कहना है कि एसजीपीसी द्वारा देश दे लोकां नूं न्योता देण विच दिक्कत आ रही है अते ओह हुण इमरान खान नूं न्योता दे रहे हन जो कि गलत है। इमरान खान नूं सद्दा दित्ता जा रहा है, बारे की कहना चाहुंदे हो? मैं एक गल कहना चाहना है कि गैरों पे कर्म अपनों पे सितम ए जाने वफा ए जुलम ना कर। तुसी बाबा नानक दे नां लेवा लोग जिहड़े हिंदुस्तान च है दुनिया च वसदे है उहनां नूं ते बुलाउणा नहीं चाहते। कैप्टन अमरिंदर सिंह नूं सद्दा देण लग्या ਤੁਹਾਡੇ ਪੇੜ ਚ ਮਰੋੜ ਲੱਗਦੇ ਤੇ ਉਹ ਉੱਥੋਂ ਲਿਆ ਕੇ ਇਮਰਾਨ ਖਾਨ ਨੂੰ ਜਿਹੜਾ ਦੇਸ਼ ਦਾ ਦੁਸ਼ਮਣ ਹੈ ਉਸ ਨੂੰ ਤੁਸੀਂ ਸੱਦਾ ਦੇ ਰਹੇ ਹੋ। ਔਰ ਇਹੀ ਗੱਲ ਤੇ ਸਿੱਧੂ ਸਾਹਿਬ ਨੇ ਕੀਤੀ ਸੀ, ਫਿਰ ਉਹ ਤੇ ਤੁਹਾਨੂੰ ਇਸ ਗੱਲ ਤੇ ਤਕਲੀਫ ਹੋਈ ਸੀ, ਪੂਰੇ ਦੇਸ਼ ਦੇ ਅੰਦਰ ਚਰਚਾ ਹੋਈ ਸੀ ਕਿ ਭਾਈ ਉਹਨੂੰ ਉਰਲੇ ਪਾਸੇ ਵਾਗੇ ਬਾਰਡਰ ਦੇ ਬੁਲਾ ਕੇ ਇਮਰਾਨ ਖਾਨ ਨੂੰ ਸੱਦਾ ਦੇ ਰਹੇ ਹੋ। ਇੱਕ ਪਾਸੇ ਉਹ ਡਰੱਗ ਭੇਜ ਰਿਹਾ, ਇੱਕ ਪਾਸੇ ਅੱਤਵਾਦੀ ਵਾਰਦਾਤਾਂ ਕਰਾ ਰਿਹਾ, ਇੱਕ ਪਾਸੇ ਖਾਲਿਸਤਾਨ ਨੂੰ ਪ੍ਰੋਤਸਾਹਿਤ ਕਰ ਰਿਹਾ ਤੇ ਭਾਈ ਤੁਸੀਂ ਸੱਦਾ ਦੇ ਰਹੇ ਹੋ। ਇਹਦੇ ਤੇ ਸੁਖਬੀਰ ਸਿੰਘ ਬਾਦਲ ਜਵਾਬ ਦੇਵੇ, ਪ੍ਰਕਾਸ਼ ਸਿੰਘ ਬਾਦਲ ਜਵਾਬ ਦੇਵੇ, ਮੋਦੀ ਸਾਹਿਬ ਔਰ ਰਾਜਨਾਥ ਆਪਣੇ ਭਾਈ ਵਾਲਾਂ ਨੂੰ ਚੈੱਕ ਕਰਨ ਕਿ ਇਹਨਾਂ ਦੀਆਂ ਗਤੀਵਿਧੀਆਂ ਕੀ ਆ। ਇਹ ਦੁਖਾਂਤ ਹੈ ਔਰ ਦੇਸ਼ ਦੇ ਲੋਕ ਕਦੀ ਇਹ ਬਰਦਾਸ਼ਤ ਨਹੀਂ ਕਰਨਗੇ। ਪਰ ਐਸਜੀਪੀਸੀ ਕਹਿੰਦੇ ਧਾਰਮਿਕ ਜਮਾਤ ਆ ਜੀ। ਬਈ ਧਾਰਮਿਕ ਜਮਾਤ ਆ ਦੇਸ਼ ਤੋਂ ਬਾਹਰ ਆ, ਦੇਸ਼ ਸਭ ਤੋਂ ਉੱਪਰ ਹੈ, ਧਰਮ ਬਾਅਦ ਚ ਹੈ। ਮੈਂ ਧਾਰਮਿਕ ਬਾਅਦ ਚ ਹਾਂ, ਪਹਿਲੇ ਦੇਸ਼ ਦੇ ਨਾਲ ਹਾਂ, ਪਹਿਲੇ ਮੈਂ ਹਿੰਦੁਸਤਾਨੀ ਹਾਂ, ਭਾਰਤੀ ਹਾਂ, ਫਿਰ ਮੈਂ ਕੁਛ ਹੋਰ ਹਾਂ। ਇਸ ਲਈ ਦੇਸ਼ ਦਾ ਜਿਹੜਾ ਦੁਸ਼ਮਣ ਹੈ ਉਹ ਸਮਾਜ ਦਾ ਦੁਸ਼ਮਣ ਹੈ, ਧਰਮ ਦਾ ਦੁਸ਼ਮਣ ਹੈ, ਉਹ ਆਪਣਾ ਨਹੀਂ ਹੋ ਸਕਦਾ। ਆਪਣਿਆਂ ਨੂੰ ਸੱਦਾ ਦਿਓ, ਗੈਰਾਂ ਦੇ ਨਾਲ ਦੋਸਤੀ ਨਾ ਕਰੋ।